हां जी सदिशरिया ਗੱਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੀ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ 네ਪਾਲ ਦੇ ਵਿੱਚ ਭੁਚਾਲ ਨੇ ਮਚਾਈ 파ਰੀ ਤਬਾਈ ਹੁਣ 128 ਮੌਤ ਜੀਹਾ ਗਿਣਤੀ ਚ ਵਾਦੇ ਦੀ ਸ਼ੰਕਾ ਵੱਡੀ ਖਬਰ ਆ ਚੁੱਕਿਆ ਖਬਰ ਨਿਸ਼ਚਿਤ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਅੱਤ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਨੇਪਾਲ ਚ ਬੀਤੀ ਰਾਤ ਸ਼ੁੱਕਰਵਾਰ ਰਾਤ 11:54 ਵਜੇ ਆਇਆ 3.4 ਦੇ ਤਿੱਬਟਾ ਭੁਚਾਲ ਨੇ ਬਹੁਤ ਨੁਕਸਾਨ ਕੀਤਾ ਖਬਰ ਲਿਖੇ ਜਾਣ ਤੱਕ 128 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਹਾ ਤੇ 1000 ਤੋਂ ਵੱਧ ਲੋਕ ਜ਼ਖਮੀ ਹੋ ਚੁੱਕੇ ਨੇ ਇਲਾਵਾ ਹੀ ਨਹੀਂ ਦੱਸਿਆ ਜਾ ਰਿਹਾ ਕਈ ਇਮਾਰਤਾਂ ਢਹਿ ਡੇਰੀ ਹੋ ਗਈਆਂ ਨੇਪਾਲ ਸਰਕਾਰ ਮੁਤਾਬਕ ਰਾਹਤ ਤੇ ਬਚਾਅ ਕੰਮ ਜਾਰੀ ਹੈ ਸਰਕਾਰੀ ਬੁਲਾਰੇ ਅਨੁਸਾਰ ਪ੍ਰਧਾਨ ਮੰਤਰੀ ਪੁਸ਼ਪ ਕੰਮਲ ਦੈਲ ਸ਼ਨੀਵਾਰ ਦੇਊ ਪਰ ਚਾੜਂਡ ਪਰ ਭਾਵਿਤ ਲਾਕਿਆਂ ਦਾ ਦੌਰਾ ਕੀਤਾ ਨੇਪਾਲ ਦੇ ਪੀਐਮ ਨੇ ਟਵੀਟ ਕੀਤਾ ਕਿ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦੇਹਲ ਨੇ ਸ਼ੁੱਕਰਵਾਰ ਰਾਤ 11:47 ਵਜੇ ਰਾਮੀ ਡਾਂਡ ਜਾਰਜ ਕੋਟ ਵਿੱਚ ਪੁਚਾਲ ਕਾਰਨ ਹੋਏ ਮੂਲਕੀ ਅਤੇ ਮਾਲੀ ਨੁਕਸਾਨ ਤੇ ਡੂੰਗਾ ਦੁੱਖ ਪ੍ਰਗਟ ਕੀਤਾ ਤੇ ਤੁਰੰਤ ਬਚਾਅ ਤੇ ਰਾਹਤ ਲਈ ਸਾਰੀਆਂ ਤਿੰਨ ਸੁਰੱਖਿਆ ਏਜੰਸੀਆਂ ਨੂੰ ਤਨਾਇਤ ਕਰ ਦਿੱਤਾ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ